ਮੈਂ ਨਾਲ ਇੱਕ ਵਿਸ਼ਾ ਹੋਰ ਛੂ ਰਿਹਾ, ਕੁਝ ਲੋਕ ਧਰਮ ਦੀ ਦੁਨੀਆਂ ਪਖੰਡੀ ਨੇ, ਜਿਸ ਚ ਮੇਰੀ ਵਾਈਫ ਵੀ ਸਿਰਮੌਰ, ਇਹਨੂੰ ਪਖੰਡੀਆਂ ਚੋਂ ਰਾਸ਼ਟਰਪਤੀ ਅਵਾਰਡ ਮਿਲਣਾ ਚਾਹੀਦਾ। ਇਹ ਪਿਛਲੇ ਕਈ ਸਾਲਾਂ ਤੋਂ ਸਵੇਰੇ 3 ਤੋਂ ਲੈ ਕੇ 8:30 ਵਜੇ ਤੱਕ ਦਰਬਾਰ ਸਾਹਿਬ ਦਾ ਕੀਰਤਨ ਕਥਾ ਅੱਖਰ ਲਿਖੇ ਨੇ, 100 ਤੋਂ 300 ਭਰਦੇ ਨੇ। ਜਿਵੇਂ ਗੁਜ਼ਰਾਂ ਕਾਲ ਤੋਂ ਜਾਈਓ, ਜੇ ਕੋਈ ਨਾ ਮੈਨੂੰ ਇਹ ਦੇ ਦੇ, ਮੈਂ ਰਸ਼ਾ ਮਿਸ ਹੋ ਜਾਏਗਾ, ਮੈਂ ਲਿਖ ਰਹੀ ਹਾਂ, ਮੈਂ ਕੋਈ ਪਜਾਮਾ ਦੇ ਠੰਡ ਲੱਗਦੀ, ਮੈਂ ਰੁਕ ਜਾਓ, ਮੈਂ ਅੱਜ ਮੇਰਾ ਆਪਣਾ ਮਿਸ ਹੋ ਰਿਹਾ। ਯਾਨੀ ਜੇ ਪਰਿਵਾਰ ਕੋਲ ਆ ਜਾਏ, ਮੇਰਾ ਇਹ ਮਿਸ ਹੋ ਰਿਹਾ, ਮੇਰਾ ਮਿਸ ਹੋ ਰਿਹਾ, ਅਤੇ ਕਹਿ ਲਓ ਵੀ ਕੀ ਫਾਇਦਾ ਇਹੋ ਜਿਹੀ ਸੇਵਾ ਦਾ ਜੇ ਬੰਦਾ ਬੰਦੇ ਕੰਮ ਨਹੀਂ ਆਉਂਦਾ। ਅਤੇ ਮੈਂ ਇੱਕ ਹੋਰ ਦੱਸਦਾ ਹੁੰਦੇ ਰਿਹਾ, ਮੇਰੇ ਨਾਲ ਇੱਕ ਬਾਈਕ ਵਾਲਾ ਗਿਆ ਕਿਧਰੇ, ਮੈਂ ਕਿਹਾ ਬੇਟਾ ਜੀ ਤੁਹਾਡੀ ਫੈਮਿਲੀ ਪੋਜੀਸ਼ਨ ਕੀ ਹੈ? ਕਹਿੰਦੇ ਜੀ ਪਿਤਾ ਜੀ ਗੁਜ਼ਰ ਗਏ ਨੇ, ਅਤੇ ਮਾਂ ਹੈਗੀ, ਮਾਂ ਮੇਰੇ ਤੋਂ ਵੱਖਰੀ ਜਾਂਦੀ ਹੈ। ਮੈਂ ਕਿਹਾ ਭਾਈ ਤੂੰ ਮਾਂ ਨੂੰ ਧਿਆਨ ਕਰਿਆ ਕਰ। ਕਹਿੰਦੇ ਨਹੀਂ ਜੀ ਨਹੀਂ, ਕਾਰਨ ਕੁਛ ਹੋਰ, ਮੇਰੇ ਦੋ ਮਾਮੇ ਨੇ, ਇੱਕ ਲੁਧਿਆਣੇ ਰਹਿੰਦਾ, ਇੱਕ ਆਸਟ੍ਰੇਲੀਆ, ਆਸਟ੍ਰੇਲੀਆ ਕੋਲ ਪੈਸਾ ਬਹੁਤ ਹੈ, ਉਸਦਾ ਫੋਨ ਖਾ ਰਹਿੰਦਾ, ਅਤੇ ਮਾਂ ਉਹਦੇ ਵੱਲ ਦੀ ਹੈ, ਉੱਥੋਂ ਨੋਟ ਛਪਦੇ ਨੇ। ਅਤੇ ਮੈਂ ਚਲਾਉਣਾ ਕਹਿ, ਮੇਰੀ ਵਾਈਫ ਜੋਬ ਕਰਦੀ ਹੈ, ਸਮਰਸੀ ਰੋਟੀ ਪੂਰੀ ਕਰਦੇ ਹਾਂ। ਅਤੇ ਮੈਂ ਕਿਹਾ ਮਾਂ ਦੀ ਨੇਚਰ, ਕਹਿੰਦੇ ਸਵੇਰੇ ਉੱਠ ਕੇ 4 ਵਜੇ ਨੇ ਪੂਰਾ ਨਿਤਨ ਕਰਨਾ, ਪੂਰਾ ਸੁਖਮਨੀ ਸਾਹਿਬ ਕਰਨਾ, ਫਿਰ ਸਿਮਰਨ ਕਰਨਾ, ਫਿਰ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਅਤੇ ਸ਼ਾਮ ਨੂੰ ਰਾਜ ਸਾਹਿਬ ਸੁਣਗੇ 16। ਮੈਂ ਕਿਹਾ ਫਿਰ ਲਾੜਾ ਤਾਂ ਇਹੋ ਜਿਹੀ ਮਾਂ ਤੇ ਕਿੱਡੀ ਪਖੰਡੀ ਹੈ, ਵੀ ਤੁਹਾਨੂੰ ਨਿਤਨੇਮ ਸਿਮਰਨ ਇਹ ਸਿਖਾਉਂਦਾ ਕਿ ਤੁਸੀਂ ਆਪਣੇ ਬੱਚਿਆਂ ਨਾਲ ਦੁਰਵਿਹਾਰ ਕਰੋ। ਜਿਵੇਂ ਇੱਕ ਪੋਲੀਟਿਕ ਨਾ ਮਜ਼ਹਬ ਨਹੀਂ ਸਿਖਾਤਾ ਆਪਸ 'ਚ ਪਿਆਰ ਰੱਖਣਾ, ਚਲੋ ਇਹ ਸਬਜੈਕਟ ਉੱਥੇ ਢੁਕਦਾ ਤਾਂ ਨਹੀਂ, ਪਰ ਮੈਂ ਕਹਿੰਦਾ ਸੋਚ ਸਿੱਖ ਸਿਖਾ ਬੰਧ ਹੈ ਭਾਈ, ਜੇ ਗੁਰਕੇ ਪਾਣੀ 'ਚ ਆਵੇ ਆਪਣੇ ਪਾਣੀ 'ਚ ਚੱਲੇ ਭਾਈ, ਪਿੱਛੇ ਟੋਟਾ ਖਾਵੇ। ਮੈਂ ਉਸ ਬੇੜੀ ਦੀ ਫੋਟੋ ਅਤੇ ਵੀਡੀਓ ਕੀਤੀ ਸੀ, ਅਤੇ ਉਹ ਹੁਣ ਮੈਂ ਆਪਣਾ ਵਾਹਿਗੁਰੂ ਸਾਹਿਬ ਵਾਹਿਗੁਰੂ।